ਅਸਲਾਮ ਵਾਲੇਕਮ ਬੱਚੋ ਕੀ ਹਾਲ ਚਾਲ ਹੈ ਤੁਹਾਡਾ ਠੀਕ ਹੋ ਪੰਜਾਬੀ ਪੜ੍ਹ ਲੱਗੇ ਆ ਤੇ ਅਸੀਂ ਪੰਜਾਬੀ ਚ ਹੀ ਗੱਲ ਕਰਾਂਗੇ ਤਾਂ ਕਿ ਤੁਹਾਨੂੰ ਜ਼ੋਰ ਚੰਗੀ ਤਰ੍ਹਾਂ ਸਮਝ ਆ ਜਾਏ ਸਾਡੇ ਕੋਲ ਅੱਜ ਦੀ ਜੀ ਵੀਡੀਓ ਹੈ ਉਹਦੇ ਵਿੱਚ ਅਸੀਂ ਕਰਨ ਲੱਗੇ ਆ ਜੀ ਪੰਜਾਬੀ ਜ਼ਬਾਨ ਤੇ ਅਦਬ ਪੰਜਾਬੀ ਜ਼ਬਾਨ ਤੇ ਅਦਬ ਇਹ ਇhtiyari ਕਿਤਾਬ ਹੈ ਜਿਹੜਾ ਕੋਈ ਵੀ ਬੱਚਾ ਰੱਖ ਸਕਦਾ ਤੇ 9ਵੀਂ ਕਲਾਸ ਦੀ ਅੱਜ ਵੀਡੀਓ ਹੈ ਸਾਡੇ ਕੋਲ ਪੰਜਾਬੀ ਦੀ ਨੌਮੀ ਕਲਾਸ ਦੇ ਵਿੱਚ ਤੁਸੀਂ ਕਿੰਨੀ ਕਿਤਾਬ ਯਾਦ ਕਰਨੀ ਹੈ ਪੰਜਾਬੀ ਚ ਤੇ ਇਹਦਾ ਜਿਹੜਾ ਪੇਪਰ ਆਣਾ ਵੇ ਉਹ ਪੇਪਰ ਦੇ ਵਿੱਚ ਕੀ ਕੀ ਚੀਜ਼ਾਂ ਆਉਣੀਆਂ ਨੇ ਉਹ ਤੁਹਾਨੂੰ ਇਸ ਵੀਡੀਓ ਨੂੰ ਦੱਸਿਆ ਜਾਏਗਾ ਤੁਸੀਂ ਵੀਡੀਓ ਪੂਰੀ ਵੇਖਣੀ ਹੈ ਤੇ ਇਸ ਵੀਡੀਓ ਦੀ ਜਿਹੜੀ ਡਿਸਕ੍ਰਿਪਸ਼ਨ ਹੋਏਗੀ ਨਾ ਉਹਦੇ ਵਿੱਚ ਤੁਹਾਨੂੰ ਪੰਜਾਬੀ ਦੇ ਬਾਕੀ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਮਤਲਬ ਅਦਾ ਵੇ ਕਿ ਇਹਦੇ ਐਮਸੀਕਿਊਜ਼ ਲੱਗ ਜਾਣਗੇ ਤੁਹਾਨੂੰ ਛੋਟ ਸਵਾਲ ਲੱਭ ਜਾਣਗੇ ਉਸ ਤੋਂ ਬਾਅਦ ਸਲੀਸ ਸ਼ੇਰਾਂ ਦੀ ਤਸ਼ਰੀਹ ਤੇ ਵਾਹ ਜਮਾ ਅਮਜ਼ ਕਰਮਾ ਜੋ ਜੋ ਤੁਹਾਨੂੰ ਪੰਜਾਬੀ ਦੇ ਪੇਪਰ ਚਾਹਣਾ ਐ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਚ ਨਾ ਉਹ ਸਾਰੀ ਵੀਡੀਓ ਦਾ ਲਿੰਕ ਮਿਲ ਲੇਗਾ ਤੁਹਾਨੂੰ ਤੁਸੀਂ ਉਹਨੂੰ ਵੇਖ ਕੇ ਨਾ ਪੂਰਾ ਪੇਪਰ ਯਾਦ ਕਰ ਲੈਣਾ ਪੰਜਾਬੀ ਦੀ ਥੋੜਾ ਦਾ ਕੋਰਸ ਤੁਸੀਂ ਇਹਨੂੰ ਚੰਗੀ ਤਰ੍ਹਾਂ ਯਾਦ ਕਰੋਗੇ ਤੁਹਾਡੇ ਨੰਬਰ ਚੰਗੇ ਆ ਜਾਣਗੇ ਆਓ ਜੀ ਪੰਜਾਬੀ ਜ਼ੁਬਾਨ ਜਿਹੜੀ ਹੈ ਤੇ ਅਦਬ ਪੰਜਾਬੀ ਜਿਹੜੀ ਕਿਤਾਬ ਹੈ ਇਤਿਆਰੀ ਨਾਵੀਂ ਕਲਾਸ ਜਿਹੜੀ ਪੜ੍ਹੀ ਜਾਣੀ ਹੈ ਉਹ ਤੁਹਾਨੂੰ ਕਿੰਨੀ ਕਿੰਨੀ ਕਰਨੀ ਹੈ ਸਾਰੀ ਕਿਤਾਬ ਤੁਸਾਂ ਨਹੀਂ ਕਰਨੀ ਅੱਧੀ ਕਿਤਾਬ ਨਾਵੀਂ ਚ ਪੜ੍ਹਨੀ ਹੈ ਤੇ ਅੱਧੀ ਦਸਵੀਂ ਚ ਪੜ੍ਹਨੀ ਹੈ ਹੁਣ ਤੁਹਾਨੂੰ ਮੈਂ ਜਿਹੜੀ ਦੱਸ ਲਗਾ ਮੈਂ ਤੁਸਾਂ ਨਾਵੀਂ ਚ ਪੜ੍ਹਨੀ ਹੈ ਜਿਹੜੀ ਰਹਿ ਜਾਏਗੀ ਉਹ ਤੁਸਾਂ ਪੜ੍ਹਨੀ ਹੈ ਦਸਵੀਂ ਕਲਾਸ ਚ ਸੋ ਆਇਓ ਜੀ ਕਰੀਏ ਇਹਨੂੰ ਜਲਦੀ ਜਲਦੀ ਲੋ ਜੀ ਐ ਸਾਡੇ ਕੋਲ ਟੋਟਲ ਆਂਦੇ ਨੇ 12 ਚ 13 13 ਚੈਪਟਰ ਆਉਂਦੇ ਨੇ ਪਹਿਲੇ ਜਿਹੜੇ 13 ਦੇ ਵਿੱਚੋਂ ਪਹਿਲੇ 6 ਤੁਸੀਂ ਜਿਹੜੇ ਨਾ ਇਹ ਯਾਦ ਕਰਨੇ ਨੇ ਇਹਨਾਂ ਦੇ ਸਵਾਲ ਜਵਾਬ ਯਾਦ ਕਰਨੇ ਨੇ ਉਸ ਬਾਅਦ ਇਹਨਾਂ ਦੀ ਉਹ ਕਰਨੀ ਹੈ ਤੁਹਾਂ ਤਸਲੀਸ ਕਰਨੀ ਹੈ ਠੀਕ ਹੈ ਤੇ ਅੱਗੇ ਉਹਨਾਂ ਦੇ ਨਾਮ ਲਿਖੇ ਨੇ ਜਿਹੜਾ ਪਹਿਲਾ ਚੈਪਟਰ ਸਾਡੇ ਕੋਲ ਜ਼ਾਤ ਨਬੀ ਸੱਲੱਲਾਹੁ ਅਲੈਹੀ ਵਅਲਿਸਲਮ ਦੀ ਰਹਿਮਤ ਜੜੀਆਂ ਇਹ ਐਕ ਨੇ ਲਿਖਿਆ ਹੈ ਜੀ ਮਜ਼ਮੂਨ ਇਹ ਲਿਖਿਆ ਹੋਵੇ ਕਦਰ ਅਫਾਕੀ ਨੇ ਇਸ ਤਰ੍ਹਾਂ ਤੁਸੀਂ ਇਹਨਾਂ ਦੇ ਅੱਗੇ ਇਹ ਜਿਹੜੇ ਸ਼ਾਇਰ ਨੇ ਮੁਸੰਨਫ ਨੇ ਨਾਮ ਮੁਸੰਨਫਾਂ ਦੇ ਨਾਮ ਵੀ ਯਾਦ ਕਰ ਲੈਣਾ ਇਹਦੇ ਨਾਲ ਇਹਦਾ ਤੁਹਾਨੂੰ ਬੜਾ ਫਾਇਦਾ ਹੋਵੇਗਾ ਅਜੇ ਚ ਤੁਹਾਨੂੰ ਇਹ ਫਾਇਦਾ ਹੋਏਗਾ ਕਿ ਇਹਦਾ ਪੇਪਰ 'ਚ ਨਾ ਐਮਸੀਕਿਊਸ ਪੁੱਛ ਲੈਂਦੇ ਨੇ ਕਿ ਲੰਮੀਆ ਉਡਈ ਕਾ ਕਿੰਨੇ ਲਿਖਿਆ ਹੈ ਜਾਂ ਆਸਰਾ ਸਬਕ ਜਿਹੜਾ ਵੇ ਇਹ ਕਿੰਨੇ ਲਿਖਿਆ ਹੈ ਠੀਕ ਹੈ ਇਹ ਤੁਸੀਂ ਯਾਦ ਕਰ ਲੈਣਾ ਵੇ ਸਿਰਫ ਐ 6 ਘਟ ਪ੍ਰਿਆਸ ਕਰਨਾ ਹੈ ਨਾ ਤੁਸੀਂ ਇਹਨਾਂ 6 ਦੇ ਛੋਟ ਸਵਾਲ ਆਲਰੇਡੀ ਮੌਜੂਦ ਨੇ ਤੇ ਸਲੀਸਾਂ ਵੀ ਮੌਜੂਦ ਨੇ ਚੈਨਲ ਤੁਸੀਂ ਉਥੋਂ ਚੈਨਲ ਤੋਂ ਹੀ ਯਾਦ ਕਰਨੀਆਂ ਨੇ ਉਸ ਤੋਂ ਬਾਅਦ ਦੂਸਰੇ ਨੰਬਰ ਤੇ ਕੀ ਹੈ ਸਾਡੇ ਕੋਲ ਦੂਸਰੇ ਨੰਬਰ ਤੇ ਸਾਡੇ ਕੋਲ ਹਿੱਸਾ ਨਜ਼ਮ ਆ ਜਾਂਦਾ ਹੈ ਇਹਦੇ ਵਿੱਚ ਅਸੀਂ ਕਿੰਨੀਆਂ ਕਰਨੀਆਂ ਨੇ ਪਹਿਲੇ ਆ ਦੇਖ ਲੈਣਾ ਟੋਟਲ ਨੇ ਸਾਡੇ ਕੋਲ ਕਿੰਨੀਆਂ ਜੀ 30 ਨੇ 30 ਨਜ਼ਮਾਂ ਗਜ਼ਲਾਂ ਦੇ ਕਾਫੀਆਂ ਸਾਰਾ ਕੁਝ ਮਿਕਸ ਹੀ ਹੈ ਤੁਸੀਂ ਕਿੰਨੀਆਂ ਕਰਨੀਆਂ ਨੇ ਇਹ ਹੁਣ ਮੈਂ ਹਾਈਲਾਈਟ ਕੀਤੀਆਂ ਨੇ ਕੁਝ ਐ ਪਹਿਲੀ ਤੋਂ ਲੈ ਕੇ ਤੇ ਤੁਸਾਂ ਯਾਨੀ ਕਿ ਇਹ ਸਾਰੀਆਂ ਕਰਨੀਆਂ ਨੇ ਲਗਾਤਾਰ ਕਿੰਨੀਆਂ ਜੀ 15 ਪਹਿਲੀਆਂ 15 ਜਿਹੜੀਆਂ ਨੇ ਨਾ ਉਹ ਤੁਹਾਡੀਆਂ ਨਾਮੇ ਵਿੱਚ ਨੇ ਤੇ ਜਿਹੜੇ ਮੈਂ ਪੀਲੇ ਨਿਸ਼ਾਨ ਲਾਏ ਨੇ ਤੁਹਾਨੂੰ ਨਜ਼ਰ ਆਉਂਦੇ ਨੇ ਪੇ ਇਹਨਾਂ ਦੀਆਂ ਸ਼ੇਰ ਜ਼ਿਆਦਾ ਚੰਗੀ ਤਰ੍ਹਾਂ ਯਾਦ ਕਰ ਲਿਓ ਇਹ ਪੇਪਰ 'ਚ ਜ਼ਿਆਦਾ ਆਉਂਦੇ ਨੇ ਬਾਕੀ ਤੁਹਾਨੂੰ ਚੈਨਲ ਤੇ ਵੀਡੀਓ ਵੀ ਲੱਭ ਜੇਗੀ ਇਹ ਸ਼ੇਰਾਂ ਦੀ ਤਸ਼ਰੀਹ ਦੀ ਤੁਸੀਂ ਉਹ ਵੇਖ ਕੇ ਉਹਨਾਂ ਯਾਦ ਕਰ ਲਿਓ ਤੇ ਐ ਤੇ ਹੋ ਗਿਆ ਸਾਡਾ ਕਿਤਾਬ ਤੋਂ ਸਿਲੇਬਸ ਕਿਤਾਬ ਤੇ ਦੋ ਹੀ ਚੀਜ਼ਾਂ ਨੇ ਇੱਕ ਨਜ਼ਮਾਂ ਕਸਲਾ ਤੇ ਇੱਕ ਕੋ ਚੈਪਟਰ ਬਾਕੀ ਜਿਹੜੀਆਂ ਹੋਰ ਚੀਜ਼ਾਂ ਆਣੀਆਂ ਨੇ ਕਿਤਾਬ ਤੇ ਆਇਆਂ ਨਹੀਂ ਉਹਦੇ ਆਸ ਤੇ ਤੁਹਾਨੂੰ ਮੈਂ ਲੈ ਕੇ ਜਾਣਾ ਵਾਂ ਪੁਰਾਣੇ ਪੇਪਰ ਤੇ ਇਹ ਇੱਕ ਪੇਪਰ ਮੈਂ ਡਾਊਨਲੋਡ ਕੀਤਾ ਵੇ ਤੁਹਾਨੂੰ ਉਹਦੇ ਬਾਅਦ ਚ ਦੱਸ ਦਿੰਨੇ ਆ ਸਾਰਾ ਤੁਸੀਂ ਜੋ ਜੋ ਪੇਪਰ ਚ ਯਾਦ ਕਰਨਾ ਹੈ ਤੇ ਉਹ ਕਰ ਲਿਓ ਲੋ ਜੀ ਇਹ ਪੇਪਰ ਸਾਡੇ ਕੋਲ ਆ ਗਿਆ ਪੰਜਾਬੀ ਦਾ ਤੇ ਪਹਿਲੇ ਨੰਬਰ ਤੇ ਤੁਹਾਨੂੰ ਆਣੇ ਨੇ 15 ਨੰਬਰ ਦੇ ਐਮਸੀQs 15 ਨੰਬਰ ਦੇ MCQ ਦੇ ਵਿੱਚੋਂ ਤੁਹਾਂ ਜੀ ਇਹ ਸਾਰੇ ਪੜ ਗਏ ਇਹਦੇ ਵਿੱਚ ਸਾਰੇ ਨਿਸ਼ਾਨ ਤੁਸੀਂ ਲਾ ਲੈਣੇ ਨੇ ਤੁਸੀਂ ਵੇਖ ਸਕਦੇ ਹੋ ਤੇ ਇਹ 15 ਆਏ ਨੇ ਤੁਹਾਨੂੰ ਅਜੇ ਅਸ ਤੁਹਾਨੂੰ ਮਿਲਨੇ ਨੇ ਜੀ ਕਿੰਨੇ ਮਿੰਟ ਤੁਹਾਨੂੰ ਮਿਲਨੇ ਨੇ 20 ਮਿੰਟ 20 ਮਿੰਟ ਤੋ ਸਾਨੂੰ ਹਰ ਸੂਰਤ ਕਰਨਾ ਹੋ ਗਿਆ ਓਕੇ ਹੋ ਗਿਆ ਤੇ ਇਹ MCQਸ ਹੋ ਗਏ ਸਾਡੇ ਕੋਲ ਦੂਸਰੇ ਨੰਬਰ ਤੇ ਹੁਣ ਆਈ ਹੋ ਇਹਦੇ 15 ਨੰਬਰ ਨੇ ਕਿਤਾਬ ਦੇ ਟੋਟਲ ਨੇ 75 ਨੰਬਰ 75 ਨੰਬਰ ਦਾ ਪੇਪਰ ਇਹਦਾ ਪੰਜਾਬੀ ਦਾ ਉਸ ਤੋਂ ਬਾਅਦ ਆਈ ਹੋ ਦੂਸਰੇ ਹਿੱਸੇ ਜੀ ਦੂਸਰਾ 15 ਨੰਬਰ ਤੁਹਾਡੇ ਹੋ ਗਏ एमसीक्यूਜ਼ਾਂ ਦੇ ਤੇ 60 ਨੰਬਰ ਇਹ ਹੋ ਗਏ ਐਸ ਹਿੱਸੇ ਦੇ ਜਿਹੜਾ ਹੁਣ ਅਸੀਂ ਵੇਖ ਲਏ ਆਂ 75 ਨੰਬਰ ਪੂਰੇ ਹੋ ਗਏ ਤੇ ਇਹਦੇ ਆਸ ਤੁਹਾਨੂੰ ਮਿਲਣਗੇ 2 ਘੰਟੇ ਤੇ 10 ਮਿੰਟ ਤੇ 20 ਮਿੰਟ ਉਧਰ ਪਾ ਲੋ 3 1/2 ਘੰਟੇ ਦਾ ਟੋਟਲ ਪੇਪਰ ਹੋਏਗਾ ਤੁਹਾਡਾ ਤੇ ਤੁਹਾਨੂੰ ਪੇਪਰ ਆਂਦਾ ਹੈਗਾ ਤੁਸੀਂ ਘੰਟੇ ਚ ਕੱਢ ਕੇ ਆ ਜਾਣਾ ਬਾਅਦ ਕਿਉਂਕਿ ਐਡਾ ਓਖਾ ਨਹੀਂ ਪੇਪਰ ਹੁੰਦਾ ਤੁਹਾਨੂੰ ਛੋਟ ਸਵਾਲ ਆਣੇ ਨੇ ਪੇਪਰ ਚ ਵੇਖੋ ਕਿੰਨੇ ਆਣੇ ਨੇ ਓਏ ਹੋਏ 10 ਸਵਾਲ ਤੁਹਾਨੂੰ ਆਣੇ ਨੇ ਕਿਆ ਬਾਤ ਹੈ 10 ਸਵਾਲਾਂ ਦੇ ਵਿੱਚੋਂ ਤੁਹਾਨੂੰ ਸਿਰਫ 7 ਕਰਨੇ ਨੇ 14 ਨੰਬਰ ਦੇ ਹੋਗੇ ਸਾਰਾ ਤੁਹਾਡੇ ਕੋਲ ਇਹ ਸਵਾਲਾਂ ਦੇ ਜਵਾਬ ਹੋਗੇ ਉਹਨੇ ਕਿਹਾ ਜੀ ਥੱਲੇ ਦਿੱਤੇ ਹੋਏ ਸਵਾਲਾਂ ਵਿੱਚੋਂ ਕਿਸੇ 7 ਸਵਾਲਾਂ ਦੇ ਮੁਕਸਰ ਜਵਾਬ ਆਦ ਦਿਓ ਉਸ ਤੋਂ ਬਾਅਦ ਆਇਓ ਜੀ ਤੁਸੀਂ ਵਾਹ ਜਮਾ ਤੁਹਾਨੂੰ ਆ ਜਾਣਗੇ ਵਾਹ ਜਮਾ ਤੁਹਾਨੂੰ ਆਣੇ ਨੇ 5 ਨੰਬਰ ਦੇ ਆਣੇ ਨੇ ਥੱਲੇ ਦਿੱਤੇ ਹੋਏ ਲਫ਼ਜ਼ਾਂ ਵਿੱਚੋਂ ਪੰਜ ਲਫ਼ਜ਼ਾਂ ਦੇ ਵਾਹ ਜਮਾ ਤੇ ਜਮਾ ਦੇ ਬਾਦ ਜਮਾ ਹੋਏਗਾ ਤਾਂ ਉਹਦਾ ਵਾਹਦ ਬਣਾਣਾ ਤੇ ਬਾਦ ਹੋਏਗਾ ਤਾਂ ਉਹਦਾ ਜਮਾ ਬਣਾ ਦੇਣਾ ਉਸ ਤੋਂ ਬਾਅਦ ਫਿਰ ਤੁਹਾਨੂੰ ਆਉਣੇ ਨੇ ਮذਕਰ ਮੋਨਸ ਪੰਜ ਨੰਬਰ ਦੇ ਮذਕਰ ਮੋਨਸ ਆਈ ਇਹਨਾਂ ਨੇ ਤੇ ਨੰਬਰ 5 ਪੰਜਵਾਂ ਸਵਾਲ ਤੁਹਾਨੂੰ ਆਏਗਾ ਜੁਮਲੇ ਬਣਾਓ ਐਦੇ ਵਿੱਚੋਂ 6ਾਂ ਲਫ਼ਜ਼ਾਂ ਤੁਸੀਂ ਜੁਮਲੇ ਬਣਾਣੇ ਨੇ 1 ਨੰਬਰ ਦਾ ਇੱਕ ਜੁਮਲਾ ਹੋਏਗਾ ਠੀਕ ਹੋ ਗਿਆ ਜੀ ਉਸ ਤੋਂ ਬਾਅਦ ਤੁਹਾਨੂੰ ਜਿਹੜੇ 6 ਚੈਪਟਰ ਨੇ ਨਾ ਉਹਨਾਂ 6 ਚੈਪਟਰਾਂ ਦੇ ਵਿੱਚੋਂ 2 ਚੈਪਟਰਾਂ ਦੇ ਆਣੇ ਨੇ ਉਹ ਪੜ੍ਹਦੇ ਅਭਾਰਤਾਂ ਆਣੀਆਂ ਨੇ ਤੇ ਵੇਖੋ ਨਾ ਕਿਸੇ ਇੱਕ ਭਾਰਤ ਦੀ ਸੋખી ਪੰਜਾਬੀ ਵੀ ਤਸ਼ਰੀ ਕਰੋ ਇਹਨੂੰ ਤੁਸਾਂ ਸੋખી ਪੰਜਾਬੀ ਘੜ ਦੇਣੀ ਹੈ ਮਤਲਬ ਕਿ ਇਹਨੂੰ ਤੁਸਾਂ ਪੜ੍ਹਨਾ ਹੈ ਤੇ ਪੜ੍ਹ ਕੇ ਤੇ ਇਹਨੂੰ ਸਾਂਸਾਂ ਘੜ ਕੇ ਲਿਖ ਦੇਣਾ ਹੈ ਦੋਵਾਂ 'ਚੋਂ ਇੱਕ ਹੀ ਕਰਨਾ ਹੈ ਉਸ ਤੋਂ ਬਾਅਦ ਕਰਨਾ ਕੀ ਹੈ ਤੁਸਾਂ ਸਬਕ ਦਾ ਨਾਮ ਤੇ ਲਿਖਾਰੀ ਦਾ ਨਾਮ ਵੀ ਦੱਸੋ ਸਬਕ ਦਾ ਨਾਮ ਤੇ ਲਿਖਾਰੀ ਦਾ ਨਾਮ ਕੀ ਹੁੰਦਾ ਵੇ ਉਹ ਵੀ ਤੁਹਾਨੂੰ ਮੈਂ ਬਹਾਨਾ ਜੀ ਐ ਚੀਜ਼ ਜੇ ਫੇਰ ਨਾ ਕਿਹਾ ਕਿ ਦੱਸਿਆ ਨਹੀਂ ਸਰ ਨੇ ਸਾਨੂੰ ਇਹ ਆਈਓ ਜੀ ਇਹ ਚੀਜ਼ ਹੈ ਇਹ ਸਬਕ ਦਾ ਨਾਮ ਹੋ ਗਿਆ ਇਹ ਲਿਖਾੜੀ ਦਾ ਨਾਮ ਹੋ ਗਿਆ ਠੀਕ ਹੈ ਇਹ ਦੋ ਚੀਜ਼ਾਂ ਤੁਹਾਨੂੰ ਮੈਂ ਪਹਿਲੇ ਕਿਹਾ ਸੀ ਯਾਦ ਕਰ ਲਿਓ ਇਹਦੇ ਵਿੱਚ ਤੁਹਾਨੂੰ ਦੋ ਨੰਬਰ ਫ੍ਰੀ ਦੇ ਲੱਭ ਜਾਣੇ ਨੇ ਉਸ ਤੋਂ ਬਾਅਦ ਆਈਓ ਜੀ ਆਹ ਵੇਖੋ 8 ਨੰਬਰ ਦੀ ਤਸ਼ਰੀਹ ਕਰਨੀ ਹੈ ਤੇ 1 ਨੰਬਰ ਸਬਕ ਦੇ ਨਾਮ ਦਾ ਤੇ 1 ਨੰਬਰ ਲਿਖਾੜੀ ਦਾ ਨਾਮ ਦਾ 7ਵੇਂ ਨੰਬਰ ਤੇ ਕਿਹੜਾ ਸਵਾਲ ਹੈ ਸਾਡੇ ਕੋਲ 7ਵੇਂ ਨੰਬਰ ਤੇ ਆਵੇ ਕਿ ਥੱਲੇ ਦਿੱਤੇ ਆ ਜੁਜ਼ਾਂ ਵਿੱਚੋਂ ਕਿਸੇ ਇੱਕ ਜੁਜ਼ ਦੀ ਪੰਜਾਬੀ ਵਿੱਚ تشریح ਕਰੋ ਤੇ ਸ਼ਾਇਰ ਦਾ ਨਾਮ ਵੀ ਦੱਸੋ ਇਹ ਦੋ ਤੁਹਾਨੂੰ ਸ਼ੇਰਾਂ ਨੇ ਦੋ ਸ਼ੇਰਾਂ ਦੇ ਵਿੱਚੋਂ ਤੁਸਾਂ ਕਿਸੇ ਇੱਕ ਦੀ تشریح ਕਰਨੀ ਹੈ ਤੇ ਉਹ ਸ਼ਾਇਰ ਦਾ ਨਾਮ ਵੀ ਦੱਸਣਾ ਹੈ ਸ਼ਾਇਰ ਦਾ ਨਾਮ ਕਿਸੋਂ ਵੇਖਣਾ ਤੁਸਾਂ ਤੁਹਾਡੇ ਕੋਲ ਜੀ ਕਿਤਾਬ ਹੈ ਇਹ ਤੁਸਾਂ ਕਿਤਾਬ ਖੋਲਣੀ ਹੈ ਤੇ ਐ ਹੀ ਸਨਜ਼ਮਾ ਆ ਗਈ ਹੁਣ ਫਰਜ਼ ਕਰੋ ਇਹ ਪਹਿਲੀ ਹਮ ਮਦ ਵਿੱਚ ਤੁਹਾਨੂੰ ਸ਼ੇਰ ਆ ਗਿਆ ਹੈ ਤੁਹਾਡਾ ਕਹਨ ਦੀ ਇਹ ਲਿਖੀ ਹੈ ਡਾਕਟਰ ਫਕੀਰ ਮੁਹੰਮਦ ਫਕੀਰ ਨੇ ਇਹ ਤੁਹਾਨੂੰ ਨਾਮ ਸਾਰਿਆਂ ਦਾ ਯਾਦ ਕਰ ਲੈਣਾ ਨੇ ਸ਼ਾਇਰ ਦੇ ਨਾਮ ਤੇ ਉਹਦੇ ਆਸੇ ਤੁਹਾਨੂੰ ਸ਼ੇਰ ਵੀ ਪੜਨੇ ਪੈਣਗੇ ਤੁਹਾਨੂੰ ਸ਼ੇਰ ਪੜੋਗੇ ਤਾਂ ਪਤਾ ਚੱਲੇਗਾ ਨਾ ਕਿਹਦੇ ਸ਼ਾਇਰ ਦਾ ਹੈ ਇੱਕ ਨੰਬਰ ਸ਼ਾਇਰ ਦੇ ਨਾਮ ਦਾ ਹੋਏਗਾ ਤੇ ਨੌ ਨੰਬਰ ਹੀ ਤਸ਼ਰੀਹ ਹੋਏਗੀ ਉਸ ਤੋਂ ਬਾਅਦ 8ਵਾਂ ਸਵਾਲ ਤੁਹਾਨੂੰ ਆਏਗਾ ਜੀ ਆਪਣੇ ਦੋਸਤ ਨੂੰ ਉਹਦੀ ਮਾਂ ਦੇ ਮਰਨ ਦੇ ਅਫਸੋਸ ਸਾਹਤ ਲਿਖੋ ਯਾਨੀ ਇੱਕ ਤੁਹਾਨੂੰ ਹੱਤ ਆਏਗਾ ਕਿਸ ਕੋਈ ਵੀ ਦੂਸਰਾ ਤੁਹਾਨੂੰ ਆਏਗਾ ਗਰੂਰ ਦਾ ਸਰ ਨੀਵਾ ਦੇ ਅਨੁਵਾਂ ਤੇ ਕਹਾਣੀਆਂ ਕਿ ਇਹਨਾਂ 'ਚ ਤੁਹਾਨੂੰ ਕਹਾਣੀਆਂ ਦੇ ਵਿੱਚੋਂ ਕੋਈ ਇੱਕ ਕਹਾਣੀ ਆ ਜਾਏਗੀ ਉਹ ਜਿਹੜੀਆਂ ਕਹਾਣੀਆਂ ਨੇ ਉਹ ਵੀ ਤੁਹਾਨੂੰ ਮੈਂ ਇਸ ਚੈਨਲ ਤੇ ਦੇ ਦਾਂਗਾ ਤੇ ਹੱਥ ਵੀ ਦੇ ਦਾਂਗਾ ਤੁਹਾਨੂੰ ਜੇ ਜਿਹੜੀ ਚੀਜ਼ ਚੰਗੀ ਲੱਗੇ ਤੁਸੀਂ ਕਰ ਲਿਓ। ਲੋ ਜੀ ਐਸ ਹੀ ਸਾਡੇ ਕੋਲ ਪੇਪਰ ਤੁਸੀਂ ਵੇਖ ਲਿਆ ਚੰਗੀ ਤਰ੍ਹਾਂ ਤੇ ਇਹਦੇ ਮੁਤਾਬਕ ਸਾਰੀ ਚੀਜ਼ਾਂ ਤਿਆਰ ਕਰਨੇ ਤੇ ਇਹਦੇ ਇਹਦੇ ਮੁਤਾਬਕ ਤੁਹਾਨੂੰ ਪੇਪਰ ਆਏਗਾ। ਹੁਣ ਇਹ ਆ ਵੀ ਇਹ ਪੂਰੀ ਫਾਈਲ ਜੇ ਮੇਰੇ ਕੋਲ ਗੈਸ ਪੇਪਰ ਹੈ ਲੱਭਤ ਨਹੀਂ ਆਏ ਮੇਰੇ ਅੱਜ ਕੱਲ ਤੇ ਹੁੰਦੀ ਸ਼ਾਰਟ ਹੋਇਆ ਐ ਸਾਰਾ ਪੂਰੇ ਦਾ ਪੂਰਾ ਮਾਡਲ ਗੈਸ ਪੇਪਰ ਜਿਹੜਾ ਨਾ ਮੇਰੇ ਚੈਨਲ ਤੇ ਮੌਜੂਦ ਹੈ ਉਹਦੀਆਂ ਵੀਡੀਓ ਜਿਹੜੀਆਂ ਨਾ ਉਹ ਐਸ ਡਿਸਕ੍ਰਿਪਸ਼ਨ ਦੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਉਹਦਾ ਲਿੰਕ ਦੇ ਦਾਂਗਾ ਤੁਸੀਂ ਉੱਥੇ ਜਾ ਕੇ ਪੂਰੀ ਤਸੱਲੀ ਨਾਲ ਤਿਆਰੀ ਕਰ ਲੋਗੇ ਠੀਕ ਹੈ ਜੀ ਤੇ ਸਾਨੂੰ ਆਪਣੀ ਦੁਆਵਾਂ ਜੀ yaad ਰੱਖਿਓ ਤੇ ਚੈਨਲ ਨੂੰ ਦੇਣਾ ਨਾ ਉਹ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਲਿਓ ਸ਼ੇਅਰ ਕਰ ਲਿਓ ਤੇ ਓਕੇ ਜੀ ਸਤਿ ਸ੍ਰੀ ਅਕਾਲ